ਪੰਜਾਬ ਦੇ ਵਿੱਚ ਹੀ ਬਹੁਤ ਵੱਡਾ ਉਭਾਰਾ ਕਾਂਗਰਸ ਦੇ ਵਿੱਚ ਹੈ। ਅੱਜ ਮੈਂ ਆਪਣੇ ਹਲਕਾ ਪਟੌਰ ਤੋਂ ਆਉਣ ਦੇ ਵਿੱਚ ਤਜਰਬਾ ਹੋ ਗਿਆ, ਲੋਕ ਸਾਰੇ ਆਗੂ ਅਤੇ ਸਾਰੇ ਲੋਕ ਇੱਕ ਪਾਸੇ ਚੱਲ ਪਏ ਆ। ਅੱਜ ਮੈਂ ਧੰਨਵਾਦੀ ਹਾਂ ਡਾਕਟਰ ਧਰਮਵੀਰ ਗਾਂਧੀ ਜੀ ਦਾ, ਜਿਨ੍ਹਾਂ ਨੇ ਜਿਹੜੇ ਆਮ ਆਦਮੀ ਦੇ ਮੋਢੀ ਰਹੇ ਆ, ਜਿਹੜੇ ਆਮ ਆਦਮੀ ਪਾਰਟੀ 'ਚੋਂ ਪਟਿਆਲੇ ਤੋਂ ਐਮ ਪੀ ਬਣੇ ਸੀ, ਉਹਨਾਂ ਨੇ ਅੱਜ ਸਾਨੂੰ ਆ ਕੇ ਸਪੋਰਟ ਦਿੱਤੀ ਹੈ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਸਰਦਾਰ ਦਰਬਾਰਾ ਸਿੰਘ ਗੁਰੂ, ਜਿਨ੍ਹਾਂ ਨੇ ਐਮ ਪੀ ਆਰ ਐਮ ਐਲ ਏ ਦੀ ਇਲੈਕਸ਼ਨ ਅਕਾਲੀ ਦਲ ਵੱਲੋਂ ਲੜੀ, ਭਦੌੜ ਤੋਂ ਵੀ ਇਲੈਕਸ਼ਨ ਲੜੇ, ਉਹਨਾਂ ਨੇ ਵੀ ਅੱਜ ਕਾਂਗਰਸ ਸ਼ਾਮਿਲ ਹੋ ਕੇ ਸਾਨੂੰ ਸਪੋਰਟ ਦਿੱਤੀ ਹੈ, ਮੈਂ ਉਹਨਾਂ ਦਾ ਧੰਨਵਾਦੀ ਕਰਦਾ। ਭਦੌੜ ਹਲਕਾ ਇੱਕ ਤਰਫ ਹੋ ਗਿਆ, ਮੈਨੂੰ ਇਸ ਦੀ ਖੁਸ਼ੀ ਹੈ। ਬਹੁਤ ਵੱਡੀ ਗਿਣਤੀ 'ਚ ਲੋਕ ਉਮੜ ਕੇ ਮਿਲਣ ਆ ਰਹੇ ਹੈ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੁੱਖ ਮੰਤਰੀ ਦਾ ਚਿਹਰਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਜੀ ਨੂੰ ਵੀ ਬਣਾਇਆ ਜਾਏਗਾ, ਮੈਂ ਉਸਦੇ ਨਾਲ ਚੱਲਾਂਗਾ, ਮੈਂ ਅਹੁਦਿਆਂ ਦੇ ਪਿੱਛੇ ਨਹੀਂ ਹੈ, ਮੈਂ ਪੰਜਾਬ ਦੇ ਨਾਲ ਹੈ। ਕਿਸੇ ਤਰ੍ਹਾਂ ਵੀ ਪੰਜਾਬ ਨੂੰ ਇਹ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਇਸ ਤੋਂ ਬਚਾਉਣਾ ਹੈ, ਕਿਉਂਕਿ ਦਿੱਲੀ ਦਾ ਲੁੱਟ ਕੇ ਪੈਸਾ ਇੱਥੇ ਲਗਾ ਰਹੇ, ਇੱਥੇ ਐਡਵਰਟਾਈਜਮੈਂਟ ਆਪਣੀ ਕਰ ਰਹੇ, ਸਾਡਾ ਲੁੱਟ ਕੇ ਬਾਹਰ ਲੈ ਕੇ ਜਾਣਗੇ। ਇਹ ਚੰਗੀ ਸੋਚ ਦੇ ਬੰਦੇ ਨਹੀਂ ਹੈ। ਇਹਨਾਂ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਮੁੱਖ ਮੰਤਰੀ ਬਣੇ, ਕਿਸੇ ਦਾ ਨਾਂ ਆਵੇ, ਮੈਂ ਉਸਦੇ ਨਾਲ ਚੱਲਾਂਗਾ।